ਸੜਕ ਟੁੱਟੀ ਪਈ ਆ ਤੇ ਫਿਰ ਆਪਣੇ ਪਸੰਦਾਂ ਤੇ ਆਈਦਾ ਨਾ ਤੇ ਖੱਡੇ ਬਹੁਤ ਵੱਡੇ ਵੱਡੇ ਨੇ ਤੇ ਆਉਣ ਲੱਗਿਆ ਬਹੁਤ ਦਿੱਕਤ ਆਉਂਦੀ ਫਿਰ ਸਕੂਲ ਮਿਸਿੰਗ ਹੋ ਜਾਂਦਾ ਜੇ ਕਦੀ ਕਦੀ। ਹਾਲ ਹੋ ਗਿਆ ਵਾ ਇਹ ਸੜਕ ਨੂੰ ਪੁੱਟ ਕੇ ਤੇ ਇਹਨਾਂ ਰਸਤਾ ਇੰਨਾ ਖਰਾਬ ਕਰ ਦਿੱਤਾ ਵਾ ਕਿ ਰਾਹ ਦੇ ਵਿੱਚ ਜਾਣ ਆਉਣ ਵਾਲੇ ਰਾਹਗੀਰਾਂ ਨੂੰ ਕਿਸਾਨਾਂ ਨੂੰ ਬੱਚਿਆਂ ਨੂੰ ਇੰਨੀਆਂ ਦਿੱਕਤਾਂ ਆਉਂਦੀਆਂ ਨੇ ਕਿ ਤੁਹਾਨੂੰ ਦੱਸ ਨਹੀਂ ਸਕਦੇ। ਰੋਜ਼ ਆਏ ਜਾਣ ਕਿਤੇ ਨਾ ਕੋਈ ਐਕਸੀਡੈਂਟ ਹੋਇਆ ਰਹਿੰਦਾ ਵਾ। ਪੰਜਾਬ ਦੇ ਵਿੱਚ ਸਰਕਾਰਾਂ ਬਦਲਾਅ ਦੀਆਂ ਗੱਲ ਕਰਦੀਆਂ ਸੀ, ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਐਸੀ ਸੜਕ ਤੇ ਲੈ ਕੇ ਆਏ ਆ ਜਿਹੜੀ ਕਿ ਸੜਕ ਟੁੱਟੀ ਪਈ ਹੈ। ਲੇਕਿਨ ਸੜਕ ਟੁੱਟਣਾ ਪੰਜਾਬ 'ਚ ਆਮ ਗੱਲ ਹੈ, ਲੇਕਿਨ ਇਹ ਸੜਕ ਜਿਹੜੀ ਹੈ ਬਹੁਤ ਸਾਰੇ ਪਿੰਡਾਂ ਨੂੰ ਬਹੁਤ ਸਾਰੇ ਸ਼ਹਿਰਾਂ ਨੂੰ ਆਪਸ 'ਚ ਜੋੜਦੀ ਹੈ। ਲੇਕਿਨ ਆਏ ਦਿਨ ਇੱਥੇ ਐਕਸੀਡੈਂਟ ਹੁੰਦੇ ਨੇ ਜਿਹਦੇ ਕਰਕੇ ਲੋਕ ਅੱਜ ਜਿਹੜੇ ਨੇ ਖੱਜਲ ਖਵਾਰ ਨੇ ਔਰ ਲੋਕ ਦੁਖੀ ਹੋ ਕੇ ਅੱਜ ਇੱਥੇ ਇਕੱਤਰ ਹੋਏ ਨੇ। ਤੁਸੀਂ ਦੇਖੋ ਕਿ ਸਕੂਲੀ ਬੱਚਿਆਂ ਸਮੇਤ ਪਿੰਡ ਦੇ ਲੋਕ ਔਰ ਖਾਸ ਕਰਕੇ ਜਿਹੜੇ ਪਿੰਡ 'ਚ ਕੰਮ ਕਰਦੇ ਨੇ ਉਹ ਵੀ ਦੁਖੀ ਨੇ ਔਰ ਦੁਕਾਨਦਾਰ ਲੋਕ ਜਿਹੜੇ ਕਿ ਇੱਥੇ ਆਪਣੀਆਂ ਦੁਕਾਨਾਂ ਛੁੱਟੀਆਂ ਚਲਾਉਂਦੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਅਤੇ ਸੜਕ ਦੇ ਹਾਲਾਤ ਕੁਛ ਤੁਹਾਡੇ ਸਾਹਮਣੇ ਨੇ, ਤੁਸੀਂ ਵੇਖੋ ਕਿ ਸਾਰੀ ਸੜਕ ਟੁੱਟੀ ਪਈ ਹੈ ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਇਹ ਸੜਕ ਇੰਪੋਰਟੈਂਟ ਇਸ ਕਰਕੇ ਹੈ ਕਿ ਅਟਾਰੀ ਜਾਣਾ ਹੋਵੇ ਤਾਂ ਤਦ ਵੀ ਇਹ ਰਸਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜਾ ਹੈ ਗੁਰਦਾਸਪੁਰ ਅਤੇ ਹਰਸ਼ਾ ਚੀਨਾ ਬਲੋਕ ਦੇ ਅੰਦਰ ਜੇਕਰ ਤੁਸੀਂ ਜਾਣਾ ਹੋਵੇ, ਅੰਮ੍ਰਿਤਸਰ ਦਾ ਮਤਲਬ ਆਊਟਸਕਰਟਸ ਏਰੀਆ ਜਿਹੜਾ ਹੈ ਉਹ ਇਹ ਸੜਕ ਦੇ ਨਾਲ ਜੁੜਦਾ ਹੈ। ਲੇਕਿਨ ਇਹ ਸੜਕ ਦੀ ਪਿਛਲੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਸਾਰ ਨਹੀਂ ਲਿੱਤੀ ਗਈ ਤਾਂ ਸੜਕ ਦੇ ਹਾਲਾਤ ਕੁਝ ਇਸ ਤਰ੍ਹਾਂ ਨੇ। ਤਾਂ ਤੁਸੀਂ ਵੇਖੋ ਕਿ ਇੱਕ ਇੱਥੇ ਜਿਹੜਾ ਇੱਕ ਬੱਸ ਅੱਡਾ ਸੀਗਾ ਜਿਹੜਾ ਇੱਥੇ ਬਣਿਆ ਸੀ ਕਿ ਜਿੱਥੇ ਲੋਕ ਆ ਕੇ ਬੱਸ ਦਾ ਸਫ਼ਰ ਕਰਦੇ ਨੇ, ਲੇਕਿਨ ਬੱਸ ਅੱਡੇ ਦਾ ਜਿਹੜਾ ਲੋਕਲ ਪਿੰਡ ਦਾ ਅੱਡਾ ਹੁੰਦਾ ਉਹਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਤੁਸੀਂ ਵੇਖੋ ਕਿ ਇੱਥੇ ਬੱਸ ਖੜ੍ਹਨ ਦੀ ਵੀ ਜਗ੍ਹਾ ਨਹੀਂ ਰਹੀ। ਤਾਂ ਕੁਛ ਜਿਹੜੇ ਸਕੂਲਾਂ ਦੇ ਬੱਚੇ ਨੇ ਅਸੀਂ ਉਹਨਾਂ ਤੋਂ ਵੀ ਸ਼ੁਰੂ ਕਰਾਂਗੇ ਕਿ ਉਹ ਨਿਆਣਿਆਂ ਨੂੰ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ। ਤਾਂ ਕੀ ਤੁਸੀਂ ਸਟੂਡੈਂਟਸ ਹੋ, ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ, ਕਿਉਂਕਿ ਅਸੀਂ ਇੱਥੇ ਦੇਖ ਰਹੇ ਹਾਂ ਸੜਕ ਦੇ ਹਾਲਾਤ ਬਹੁਤ ਖਰਾਬ ਨੇ, ਕਿੰਨੇ ਕੁ ਐਕਸੀਡੈਂਟ ਹੁੰਦੇ ਤਾਂ ਕੀ ਦਿੱਕਤ ਆਉਂਦੀ ਹੈ? ਸਵੇਰੇ ਸਿਰ ਬਹੁਤ ਦਿੱਕਤ ਆਉਂਦੀ ਹੈ, ਸਕੂਲ ਆਉਣ ਲੱਗਿਆ ਟਰੈਵਲਿੰਗ ਹੈ, ਬਹੁਤ ਸੜਕ ਟੁੱਟੀ ਪਈ ਆ ਅਤੇ ਫਿਰ ਆਪਣੇ ਪਸੰਦਾਂ 'ਤੇ ਆਈਦਾ ਨਾ ਅਤੇ ਖੱਡੇ ਬਹੁਤ ਵੱਡੇ ਵੱਡੇ ਨੇ ਅਤੇ ਆਉਣ ਲੱਗਿਆ ਬਹੁਤ ਦਿੱਕਤ ਆਉਂਦੀ, ਫਿਰ ਸਕੂਲ ਮਿਸਿੰਗ ਹੋ ਜਾਂਦਾ ਜੇ ਕਦੀ ਕਦੀ ਅਤੇ ਫਿਰ ਸਕੂਲ ਮਿਸਿੰਗ ਵੀ ਹੋ ਜਾਂਦਾ। ਹਾਂਜੀ ਹਾਂਜੀ, ਟ੍ਰੈਫਿਕ ਕਰਕੇ ਮਿਸਿੰਗ ਹੋ ਜਾਂਦਾ, ਸਕੂਲ ਟਾਈਮ ਵੀ ਚੇਂਜ ਹੋਇਆ ਅਤੇ ਜੇ ਸਰਕਾਰ ਨੂੰ ਚਾਹੀਦਾ ਛੇਤੀ ਛੇਤੀ ਸੜਕ ਬਣਾਉਣ। ਕੁਛ ਹੋਰ ਸਥਾਨਕ ਲੋਕ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਕੀ ਹੈ ਕੀ ਸੜਕ ਦਾ ਆਖਿਰਕਾਰ, ਇੰਪੋਰਟੈਂਟ ਕਿਉਂ ਹੈ ਸੜਕ ਇਹ ਵਾਲੀ ਇੰਨੀ? ਸਰ ਇਹ ਸਭ ਤੋਂ ਪਹਿਲਾਂ ਨੇ ਇੰਪੋਰਟੈਂਟ ਇਸ ਕਰਕੇ ਕਿ ਇਹਦਾ ਸੜਕ ਦਾ ਵਾਇਆ ਬਹੁਤ ਲੰਬਾ ਆ, ਮਤਲਬ ਬਹੁਤ ਪਿੰਡਾਂ ਨੂੰ ਜੋੜਦੀ ਆ, ਡਿਸਟ੍ਰਿਕਟ ਟੂ ਡਿਸਟ੍ਰਿਕਟ ਲੈਵਲ 'ਤੇ ਜੋੜ ਦਿੰਦੀ ਆ। ਕਹਿੰਦਾ ਭਾਵ ਇਹ ਕਿ ਪਠਾਨਕੋਟ ਤੋਂ ਆਪਣੇ ਬਾਰਡਰ ਤੋਂ ਲੈ ਕੇ, ਪਠਾਨਕੋਟ ਬਾਰਡਰ ਤੋਂ ਲੈ ਕੇ ਵਾਇਆ ਗੁਰਦਾਸਪੁਰ ਹੁੰਦੀ ਹੋਈ, ਵਾਇਆ ਫਤਿਹਗੜ੍ਹ ਹੁੰਦੀ ਹੋਈ, ਇਹ ਚਗਾਵਾਂ ਔਰ ਅਟਾਰੀ ਨੂੰ ਨਿਕਲ ਜਾਂਦੀ ਆ। ਮਤਲਬ ਇਹਦਾ ਬਹੁਤ ਲੰਮਾ ਵਾ ਵਾਇਆ, ਮਤਲਬ ਜੋ ਤੁਹਾਨੂੰ ਦੱਸਿਆ ਕਿ ਫਤਿਹਗੜ੍ਹ ਆ। ਹੁਣ ਇਹਦਾ ਇਸ ਸਮੇਂ 13 ਕਿਲੋਮੀਟਰ ਦੀ ਕੁੱਕੜ ਵਾਲਾ ਚੌਂਕ ਤੋਂ ਲੈ ਕੇ 13 ਕਿਲੋਮੀਟਰ ਤੱਕ ਦੀ ਇਹਦੀ ਹੈਗੀ ਹੈ ਪੈਨਲ ਜਿਹੜਾ ਬਣਿਆ ਵਾ, ਉਹ ਆਪਣਾ ਭੁੱਲਰ ਪਿੰਡ ਪੈਂਦਾ ਵਾ ਉੱਥੋਂ ਤੱਕ ਬਣਿਆ ਹੋਇਆ ਉਹਦੇ 'ਚ। ਹਾਂ, ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਨਾ ਕਿ ਉਹਦੇ 'ਚ 3 ਕਿਲੋਮੀਟਰ ਦਾ ਜਿਹੜਾ ਸਿਰਫ ਲੁੱਕ ਪੈ ਚੁੱਕੀ ਪੀਸੀ ਪਿਛਲੇ ਸਾਲ ਦੀ, ਹੁਣ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਵਾ ਕਿ ਮਤਲਬ ਸਰਕਾਰ ਵੀ ਚੇਂਜ ਹੋ ਗਈ ਹੈ। ਲਾਸਟ ਕਾਂਗਰਸ ਟਾਈਮ ਤੋਂ ਇਹ ਸਰਕਾਰ ਪਾਸ ਹੋਈ ਸੀਗੀ, ਇਹ ਥੋੜ੍ਹੀ ਵਾਈਡ ਕਰਨੀ ਸੀਗੀ, ਦੋਨਾਂ ਸਾਈਡਾਂ ਨੂੰ 1.5 ਫੁੱਟ ਵਧਣੀ ਸੀਗੀ ਅਤੇ ਉਹਦੇ ਕਾਰਨ ਚਲੋ ਉਹਨਾਂ ਨੇ ਸਾਰੀ ਪੁੱਟ ਕੇ ਉਹਨੂੰ ਦੁਬਾਰਾ ਰੀਐਸਟੈਬਲਿਸ਼ ਕਰਨਾ ਸੀਗਾ, ਬਟ ਨਹੀਂ ਹੋ ਸਕਿਆ। ਸਿਰਫ 3 ਕਿਲੋਮੀਟਰ ਜਿਹੜੀ ਸੜਕ ਬਣ ਚੁੱਕੀ ਹੈ, ਬਾਕੀ ਦਾ ਕੰਮ ਤਕਰੀਬਨ 1.5 ਸਾਲ ਤੋਂ ਰੁਕਿਆ ਹੋਇਆ। ਤਾਂ ਦੁਕਾਨਦਾਰ ਵੀ ਸਾਡੇ ਨਾਲ ਮੌਜੂਦ ਨੇ, ਸਰ ਕਿਸ ਤਰ੍ਹਾਂ ਦੀ ਦਿੱਕਤਾਂ ਆਉਂਦੀਆਂ ਜੀ ਤੁਹਾਨੂੰ? ਦਿੱਕਤਾਂ ਜੀ, ਇੱਕ ਪੂਰਾ ਸਾਲ ਹੋ ਗਿਆ ਵਾ ਇਹ ਸੜਕ ਨੂੰ ਪੁੱਟ ਕੇ ਅਤੇ ਇਹਨਾਂ ਰਸਤਾ ਇੰਨਾ ਖਰਾਬ ਕਰ ਦਿੱਤਾ ਵਾ ਕਿ ਰਾਹ ਦੇ ਵਿੱਚ ਜਾਣ ਆਉਣ ਵਾਲੇ ਰਾਹਗੀਰਾਂ ਨੂੰ, ਕਿਸਾਨਾਂ ਨੂੰ, ਬੱਚਿਆਂ ਨੂੰ ਇੰਨੀਆਂ ਦਿੱਕਤਾਂ ਆਉਂਦੀਆਂ ਨੇ ਕਿ ਤੁਹਾਨੂੰ ਦੱਸ ਨਹੀਂ ਸਕਦੇ। ਰੋਜ਼ ਆਏ ਜਾਣ ਕਿਤੇ ਨਾ ਕੋਈ ਐਕਸੀਡੈਂਟ ਹੋਇਆ ਰਹਿੰਦਾ ਵਾ, ਕੋਈ ਨਾ ਕੋਈ ਕਿਸੇ ਨੂੰ ਸੱਟ ਪੇਟ ਲੱਗ ਜਾਂਦੀ ਆ ਅਤੇ 1 ਸਾਲ ਹੋ ਗਿਆ ਇਹ ਸਰਕਾਰਾਂ ਪਤਾ ਨਹੀਂ ਕਿੱਥੇ ਸੁੱਤੀਆਂ ਪਈਆਂ ਨੇ। ਇਹਨਾਂ ਨੂੰ ਇੰਨਾ ਦਿਸਦਾ ਹੀ ਨਹੀਂ ਗਾ ਵੀ ਇਹ ਸੜਕਾਂ ਜਿਹੜੀਆਂ ਨੇ ਜੇ ਤੁਸੀਂ ਬਣਾਉਣੀਆਂ ਨਹੀਂ ਤਾਂ ਇਹਨਾਂ ਨੂੰ ਤੋੜੋ ਹੀ ਨਾ, ਜਿੱਦਾਂ ਦੇ ਹੈਗੇ ਉੱਦਾਂ ਹੀ ਰਹਿਣ ਦਿਓ। ਹੁਣ 1 ਸਾਲ ਤੋਂ ਅਸੀਂ ਲੋਕ ਇੰਨੇ ਦੁਖੀ ਹਾਂ, ਲੋਕਾਂ ਦੇ ਘਰਾਂ ਦੇ ਵਿੱਚ ਘੱਟਾ ਇੰਨਾ ਜਾਂਦਾ ਜਾ ਕਿ ਲੋਕ ਬਿਮਾਰ ਹੋਣ ਡਿਆ, ਇੱਥੋਂ ਤੱਕ ਕਿ ਵਿਆਹ ਸ਼ਾਦੀ ਦਾ ਅੱਜ ਕੱਲ੍ਹ ਦੇਣੇ ਜਾ ਕੇ ਵੇਖੋ ਗੱਡੀਆਂ ਜਿਹੜੀਆਂ ਨੇ ਦੂਜੇ
रोड के उत्तों दूजे तो घूम के तो फिर इतने आते हैं। इन ये जिहड़ियां सरकारां ने इन्हां नूं कोई शर्म नहीं हैगी, कोई इन्हां नूं दिसदा नहीं गा कि लोगों की तुसीं इन्हां दे नाल किवें उन्हां दे जिहड़े आ उन्हां दे भावना नाल तुसीं खिलवाड़ कर रहे। पानी आप तरौंकदे हो जी फिर? हाँ जी हाँ जी, पानी अहीं आप दुकान वाले लाइया ने टूटियां, तरौंकदे हो कि तां कि मिट्टी ना उड़े। मिट्टी ना उड़े, मिट्टी ना उड़े, जा के साडी दुकानां दे अंदर वेखो की हाल हो गया। ज्यादा दो मिनट तुसीं क्लोज हो उस वेले इन्हां नाल घटा जम जांदा, ते पूरा साल हो गया जिन्हां नूं। बिल्कुल, तां तस्वीर तुहानूं असीं दिखा रहे हां, तुसीं वेखो कि किस तरीके नाल सड़क ते हालात ने। तो भाजी इत्थे कोई स्कूल भी है जिस सड़क दे उत्ते? जी 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 बिल्कुल सर, ये पिंड दा प्राइमरी स्कूल आ, सामने बैक साइड ते ही आ वड्डा स्कूल इधर संत बाबा जगत सिंह जी। तो मतलब काफ़ी मुश्किल है जी, राहगीर बहुत मुश्किल, मरीज़ नू, बुजुर्गों नू, बच्चों तो लैके मतलब हर एक वर्ग की मुश्किल है जी। बिल्कुल, तुसीं वेखो कि बिल्कुल सड़क का काम अधूरा छड़ता गया है। तो उत्थे एक बोर्ड भी लगा है प्रधानमंत्री ग्राम सड़क योजना, तो इस करके हुण अधिकारियों की भी इत्थे नलायकी नज़र आती पी है, पर अधिकारियों नाल भी गलबात करके वेखने कि कहना उन्हां दा इस मामले ते। ये सड़क जिहड़ी है ये कुकड़ा वाले तो शुरू हो के ते भुल्लर जांदी है वाया पिट्टे वड हो के, ते इहदी टोटल लेंथ जिहड़ी आ 11.95 आ। पी एम जी एस वाई विच अंडर जिहड़ी आ ये अपग्रेड की जा रही है। तो पहला तो जेडे ये काम आ जड़ा वा वो पेमेंट ना आने करके, क्योंकि पेमेंट सेंटर चो आती है, तो पेमेंट ना आने करके भी काम च काफ़ी रुकावट रही। तो हूँ माइनिंग जड़ा वा मेन प्रॉब्लम आ, माइनिंग दे च मटीरियल ना मिलना, तो उहदे करके काम बंद है। ये अप्रोक्सीमेटली 5 किलोमीटर के उत्ते जी के माना भुल्लर तो पिट्टे वाढ़िया उत्ते पीसी पाती गई है। अगला काम जिहड़ा वर्क इन प्रोग्रेस हैगा वा जिहड़ा कि जल्दी ही शुरू कर दिता जाए। पर लोगों को बहुत मुश्किलों का सामना करना पड़ा? नहीं, जो गल सड़क जिहड़ी आ वो मटीरियल नहीं मिलेगा, इनकनवीनियंस तो असी भी महसूस करते हैं। असी एक दो बार जिहड़ा वा उन्हूं सड़क नूं जिहड़ा वा मटीरियल खिल रहा उन्हूं साइड ते करवाया वा, उन्हूं मोटरेबल किया वा भी मोटरेबल होवे, लोगों का आना जाना वा वो ठीक होवे, पर जदों मटीरियल नहीं मिल रहा उहदे करके प्रॉब्लम हैगी। उम्मीद करते हैं जी जो सड़क बन जाए? ये पेपर कल ही पेपर के बच्चे गया सी भी माइनिंग वाले जो प्रोसीजर है वो हाई कोर्ट तो जोड़ा वा वो स्टेट गवर्नमेंट जी सुप्रीम कोर्ट च गई है, तो सुप्रीम कोर्ट ने फिर हाई कोर्ट वाल जो डायरैक्ट किया वा। बाकी हूँ क्रैशर खुल रहे हैं, सरकार भी ये वाल खास ध्यान दे रही है भी, क्योंकि सारे काम सफर कर रहे हैं, जिन्हें भी काम चल रहे हैं सारे ही बंद ने। ਹੁਣ ਕਦੋਂ ਤੱਕ ਜਰਾ ਹੈ, ਕਿਉਂਕਿ ਲੋਕ ਬਹੁਤ ਐਕਸੀਡੈਂਟ ਵੀ ਉਹਨਾਂ ਦੇ ਵਿੱਚ ਸਿਰਫ ਉੱਤੇ ਡਿਪੈਂਡ ਕਰਦਾ, ਮਾਈਨਿੰਗ ਤੇ ਹੀ ਡਿਪੈਂਡ ਕਰਦਾ, ਮਾਈਨਿੰਗ ਸ਼ੁਰੂ ਹੋਏਗੀ ਇਮੀਡੀਏਟ ਕੰਮ ਸ਼ੁਰੂ ਹੋ ਜਾਏਗਾ। ਤੁਸੀਂ ਵੇਖਿਆ ਕਿ ਇਸ ਮਾਮਲੇ 'ਚ ਅਧਿਕਾਰੀਆਂ ਵੱਲੋਂ ਟਾਲਮਟੋਲ ਕੀਤਾ ਗਿਆ ਹੈ, ਤਾਂ ਇੱਕ ਆਸ਼ਵਾਸਨ ਜ਼ਰੂਰ ਦਿੱਤਾ ਗਿਆ ਹੈ ਕਿ ਸੜਕ ਦਾ ਨਿਰਮਾਣ ਕੀਤਾ ਜਾਊਗਾ, ਲੇਕਿਨ ਅਸੀਂ ਤੁਹਾਨੂੰ ਇਹ ਸੜਕ ਇਸ ਕਰਕੇ ਦਿਖਾਉਣ ਆਏ ਹਾਂ ਕਿ ਇਹ ਸੜਕ ਜਿਹੜੀ ਹੈ ਬਹੁਤ ਸਾਰੇ ਸ਼ਹਿਰਾਂ ਨੂੰ ਆਪਸ 'ਚ ਜੋੜਦੀ ਹੈ, ਲਿੰਕ ਰੋਡ ਹੈ, ਲੇਕਿਨ ਇਸ ਲਿੰਕ ਰੋਡ ਦੇ ਹਾਲਾਤ ਆ ਜਿੰਨੇ ਮਾੜੇ ਨੇ ਕਿ ਆਏ ਦਿਨ ਇੱਥੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ, ਬੱਚੇ ਸਕੂਲ ਜਾਣ ਤੋਂ ਵਾਂਝੇ ਹੋ ਜਾਂਦੇ ਨੇ, ਤਾਂ ਲੋਕਾਂ ਦੇ ਘਰਾਂ ਦੇ ਵਿੱਚ ਮਿੱਟੀਆਂ ਜਾ ਰਹੀਆਂ ਨੇ, ਉਹਦੇ ਕਰਕੇ ਲੋਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ, ਲੇਕਿਨ ਸਰਕਾਰਾਂ ਵੱਲੋਂ ਕੋਈ ਸੁਧ ਨਹੀਂ ਲਿੱਤੀ ਜਾ ਰਹੀ। ਉਮੀਦ ਕਰਦੇ ਹਾਂ ਕਿ ਸਰਕਾਰ ਅਤੇ ਪ੍ਰਸ਼ਾਸਨ ਜਲਦੀ ਜਾਗੂਗਾ, ਜਿਹਦੇ ਨਾਲ ਕਿ ਇਹ ਇੱਕ 13 ਕਿਲੋਮੀਟਰ ਦੀ ਜਿਹੜੀ ਸੜਕ ਹੈ ਇਸ ਨੂੰ ਠੀਕ ਕੀਤਾ ਜਾਏਗਾ, ਤਾਂ ਕਿ ਲੋਕ ਜਿਹੜੇ ਨੇ ਆਮ ਜ਼ਿੰਦਗੀ ਚੰਗੇ ਤਰੀਕੇ ਨਾਲ ਜੀ ਸਕਣ। ਕੈਮਰਾਮੈਨ ਅੱਜ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।